ਅਸੀਂ ਜੀ ਕੱਲ੍ਹ ਦੀ ਕਾਲ ਦਿੱਤੀ ਹੋਈ ਹੈ ਵੀ ਕੱਲ੍ਹ ਨੂੰ ਹੜਤਾਲ ਕਰਾਂਗੇ। PRD ਤੇ ਪਣਬਸ ਦੋਨੋਂ ਇਹ ਹੜਤਾਲ ਕਰਨ ਜਾ ਰਹੇ ਨੇ ਬਠਿੰਡੇ ਦੀ। ਅੱਜ ਤਾਂ ਬਠਿੰਡਾ ਡਿਪੂ ਲਗਭਗ 32 ਤੋਂ 38 ਲੱਖ ਦੇ ਕਰੀਬ ਜਿਹੜਾ ਕੈਸ਼ ਵੜਦਾ। ਤਾਂ ਜੇਕਰ ਇਹਦੀ ਜ਼ਿੰਮੇਵਾਰ ਹੈ ਤਾਂ ਮੌਕੇ ਦੀ ਸਰਕਾਰ ਅਤੇ ਮੈਨੇਜਮੈਂਟ ਹੈ। ਮੀਟਿੰਗ ਹੀ ਕਰਨੀ ਹੁੰਦੀ ਹੈ ਜਾਂ ਬੈਠ ਕੇ ਗੱਲਬਾਤ ਕਰਨੀ ਹੁੰਦੀ ਹੈ ਤਾਂ ਪਹਿਲਾਂ ਹੀ ਕਰ ਲਿਆ ਕਰੋ। ਇਹ ਨਾ ਕਸ਼ਟ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਵੀ ਨਾ ਆਵੇ ਔਰ ਸਾਨੂੰ ਵੀ ਇਹ ਬੱਸਾਂ ਨਾ ਬੰਦ ਹੁੰਦੀਆਂ। ਜਿਹੜੀ ਇਹ ਵੱਜੀ ਖੱਜ ਖੜ ਰਹੀ ਹੋਊਗੀ ਤੇ ਪ੍ਰਾਈਵੇਟ ਆਪਰੇਟਰਾਂ ਨੂੰ ਕਾਫੀ ਫਾਇਦਾ ਹੋਵੇਗਾ। ਸਰਕਾਰਾਂ ਇਹ ਪ੍ਰਾਈਵੇਟਾਂ ਦੇ ਨਾਲ ਮਿਲੀਆਂ ਹੋਈਆਂ ਨੇ ਵੀ ਜਾਣ ਬੁੱਝ ਕੇ ਜਿਹੜੀਆਂ ਸਾਡੀਆਂ ਹੜਤਾਲਾਂ ਕਰਾਉਂਦੀਆਂ ਨੇ। ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ। PRTC ਪਨ ਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਕਿ ਜਿਹੜੀਆਂ ਅੱਜ 12 ਵਜੇ ਤੋਂ ਬਾਅਦ ਜਿਹੜੀਆਂ ਬੱਸਾਂ ਵਾਪਸ ਮੰਗਾਉਣੀਆਂ ਸ਼ੁਰੂ ਹੋ ਗਈਆਂ ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਬੱਸਾਂ ਕੱਲ੍ਹ ਨੂੰ, ਕਿਉਂਕਿ ਕੱਲ੍ਹ ਨੂੰ ਜਿਹੜਾ ਬੰਦ ਕੀਤੀ ਜਾਣੀਆਂ ਬੱਸਾਂ ਤੇ ਸਵਾਰੀਆਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕੀਤਾ ਜਾ ਸਕਦਾ ਤੇ ਇਸ ਲਈ ਤੁਹਾਨੂੰ ਜਿਹੜੇ ਯੂਨੀਅਨ ਦੇ ਆਗੂ ਆ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਆ ਵੀ ਕੀ ਮਾਮਲਾ ਵਾ, ਕਿਉਂ ਜਿਹੜਾ ਇਹ ਫੈਸਲਾ ਲਾਏਗਾ, ਜਿਹੜੀਆਂ ਬੱਸਾਂ ਕਿਉਂ ਜਿਹੜੀਆਂ ਵਾਪਸ ਕਰਵਾਈਆਂ ਜਾ ਰਹੀਆਂ। ਕੀ ਨਾਮ ਹੈ ਬਈ? ਮੇਰਾ ਨਾਂ ਕੁਲਦੀਪ ਸਿੰਘ ਹੈ ਜੀ, ਪ੍ਰਧਾਨ ਬਠਿੰਡਾ ਡਿਪੂ। ਇਹ ਕੀ ਮਾਮਲਾ ਜਿਹੜਾ ਅੱਜ ਤੁਸੀਂ ਫੈਸਲਾ ਲਾ ਜਿਹੜੀਆਂ ਬੱਸਾਂ ਵਾਪਸ ਮੰਗਵਾਈਆਂ? ਅਸੀਂ ਜੀ ਕੱਲ੍ਹ ਦੀ ਕਾਲ ਦਿੱਤੀ ਹੋਈ ਹੈ ਵੀ ਕੱਲ੍ਹ ਨੂੰ ਹੜਤਾਲ ਕਰਾਂਗੇ ਔਰ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ, ਜਿਹਦੇ ਕਾਰਨ ਅਸੀਂ ਉਸਦੇ ਰੋਸ ਵਜੋਂ ਅੱਜ ਹੜਤਾਲ 12 ਵਜੇ ਤੋਂ ਸਾਡੀ ਹੜਤਾਲ ਹੈ ਔਰ ਕੱਲ੍ਹ ਨੂੰ ਅਸੀਂ ਵਿਧਾਨ ਸਭਾ ਵੱਲ ਕੂਚ ਕਰਨ ਜਾ ਰਹੇ ਹਾਂ। ਕੀ ਮੰਗਾਂ ਨੇ ਜਿਹੜੀਆਂ ਜਿਸ ਨੂੰ ਲੈ ਕੇ ਤੁਸੀਂ ਲਗਾਤਾਰ ਪ੍ਰਦਰਸ਼ਨ ਕਰਦੇ ਰਹੇ? ਮੰਗਾਂ ਜੀ ਸਾਡੀ ਸਭ ਤੋਂ ਪਹਿਲਾਂ ਅਹਿਮ ਮੰਗ ਹੈ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਕਿਉਂਕਿ ਜਦੋਂ ਸਰਕਾਰ ਸਤਾ ਦੇ ਵਿੱਚ ਆਈ ਸੀ ਤਾਂ ਇਹੋ ਸਭ ਤੋਂ ਵੱਡਾ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਕਿਸੇ ਵੀ ਮੁਲਾਜ਼ਮ ਨੂੰ ਆਊਟਸੋਰਸਿੰਗ ਤੇ ਭਰਤੀ ਨਹੀਂ ਕੀਤਾ ਜਾਊਗਾ, ਰੈਗੂਲਰ ਭਰਤੀ ਕੀਤੀ ਜਾਊਗੀ ਔਰ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਊਗਾ, ਪਰ ਸਰਕਾਰ ਨੇ ਹਜੇ ਤੱਕ ਕਿਸੇ ਵੀ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ ਔਰ ਕਿਸੇ ਵੀ ਵਿਭਾਗ ਦੇ ਵਿੱਚ ਔਰ ਨਾਲ ਤਨਖਾਹਾਂ ਦੇ ਵਿੱਚ ਬੜਾ ਫਰਕ ਹੈ। ਜੇਕਰ ਇੱਕੋ ਰੂਟ ਤੇ ਇੱਕ ਕਨੈਕਟਰ ਚੱਲਦਾ ਹੈ ਤਾਂ ਉਹਦੀਆਂ ਦੋ ਤਨਖਾਹਾਂ ਨੇ, ਇੱਕ ਦੀ ਘੱਟ ਹੈ ਇੱਕ ਦੀ ਵੱਧ ਹੈ, ਤਾਂ ਅਸੀਂ ਕਹਿੰਦੇ ਵੀ ਉਹਦੇ ਵਿੱਚ ਇਕਸਾਰਤਾ ਕੀਤੀ ਜਾਵੇ ਔਰ ਜਿਹੜੇ ਕੰਡੀਸ਼ਨਾਂ ਲਾ ਕੇ ਕੱਢੇ ਗਏ ਸਾਥੀ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਪਾਈਆਂ ਜਾਣ ਔਰ ਜਿਹੜੀਆਂ ਮਾਰੂ ਕੰਡੀਸ਼ਨਾਂ ਮੈਨੇਜਮੈਂਟ ਨੇ ਮਾਰੂ ਕੰਡੀਸ਼ਨਾਂ ਸਾਡੇ ਦੇ ਉੱਪਰ ਬਣਾਈਆਂ ਨੇ ਉਹਨਾਂ ਨੂੰ ਸੋਧ ਕਰਕੇ ਦੁਬਾਰਾ ਬਣਾਇਆ ਜਾਵੇ ਤਾਂ ਜੋ ਸਾਡੀ ਜਿਹੜੀ ਨੌਕਰੀ ਉਹ ਕਿਤੇ ਨਾ ਕਿਤੇ ਸੇਫ ਰਹੇ। ਜੇ ਨੁਕਸਾਨ ਦੀ ਗੱਲ ਕੀਤੀ ਜਾਵੇ ਜਦੋਂ ਬੱਸਾਂ ਖੜਨਗੀਆਂ ਤੇ ਕਿੰਨਾ ਕੁ ਨੁਕਸਾਨ ਹੋਵੇਗਾ? ਲਗਭਗ ਜੇ ਆਪਾਂ ਇੱਕ ਡਿਪੂ ਦੀ ਗੱਲ ਕਰੀਏ ਬਠਿੰਡੇ ਦੀ ਅੱਜ ਤਾਂ ਬਠਿੰਡਾ ਡਿਪੂ ਲਗਭਗ 32 ਤੋਂ 38 ਲੱਖ ਦੇ ਕਰੀਬ ਜਿਹੜਾ ਕੈਸ਼ ਵੜਦਾ ਉਹ ਉਹਦੇ ਵਿੱਚ ਅੱਜ ਅੱਧ ਲੌਸ ਹੋ ਜਾਣਾ, ਕੱਲ੍ਹ ਨੂੰ ਉਹਦਾ ਸਾਰਾ ਲੌਸ ਹੋ ਜਾਣਾ ਔਰ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ 27 ਦੇ 27 ਡਿਪੂ, ਕਿਉਂਕਿ PRD ਤੇ ਪਣਬੱਸ ਦੋਨੋਂ ਇਹ ਹੜਤਾਲ ਕਰਨ ਜਾ ਰਹੇ ਨੇ ਔਰ ਇਹ ਜਿਹੜੀ ਇਹਦੀ ਇਨਕਮ ਹੈ ਕਰੋੜਾਂ ਦੇ ਵਿੱਚ ਪਹੁੰਚ ਜਾਂਦੀ ਹੈ, ਤਾਂ ਜੇਕਰ ਇਹਦੀ ਜ਼ਿੰਮੇਵਾਰ ਹੈ ਤਾਂ ਮੌਕੇ ਦੀ ਸਰਕਾਰ ਅਤੇ ਮੈਨੇਜਮੈਂਟ ਹੈ, ਕਿਉਂਕਿ ਬੜੀ ਹੈਰਾਨੀਜਨਕ ਗੱਲ ਹੈ ਵੀ ਜਦੋਂ ਉਹਨਾਂ ਟਾਈਮ ਸਰਕਾਰ ਅਤੇ ਮੈਨੇਜਮੈਂਟ ਕੋਈ ਗੱਲ ਨਹੀਂ ਸੁਣਦੀ, ਜਿੰਨਾ ਟਾਈਮ ਸਾਨੂੰ ਮਜਬੂਰ ਨੇ ਇਹਨਾਂ ਬੱਸਾਂ ਨੂੰ ਬੰਦ ਕਰਕੇ ਉਹਨਾਂ ਦੇ ਘਰਾਂ ਵੱਲ ਜਾਂ ਉਹਨਾਂ ਦੇ ਦਫ਼ਤਰਾਂ ਵੱਲ ਕੂਚ ਨਹੀਂ ਹੋਣਾ ਪੈਂਦਾ, ਤਾਂ ਉਸ ਤੋਂ ਬਾਅਦ ਮੀਟਿੰਗ ਹੁੰਦੀ ਹੈ ਔਰ ਸਾਡੀ ਨਾਲ ਨਾਲ ਮੰਗ ਵੀ ਹੈ ਵੀ ਜੇ ਪੰਜਾਬ ਦੀ ਜਨਤਾ ਨੂੰ ਖੱਜਲ ਨਾ ਕੀਤਾ ਜਾਵੇ, ਜੇਕਰ ਸਾਡੇ ਨਾਲ ਤੁਸੀਂ ਮੀਟਿੰਗ ਹੀ ਕਰਨੀ ਹੁੰਦੀ ਹੈ ਜਾਂ ਬੈਠ ਕੇ ਗੱਲਬਾਤ ਕਰਨੀ ਹੁੰਦੀ ਹੈ ਤਾਂ ਪਹਿਲਾਂ ਹੀ ਕਰ ਲਿਆ ਕਰੋ, ਇਹ ਨਾ ਕਸ਼ਟ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਵੀ ਨਾ ਆਵੇ ਔਰ ਸਾਨੂੰ ਵੀ ਇਹ ਬੱਸਾਂ ਨਾ ਬੰਦ ਹੋਣ। ਖੱਜਲ ਖੁਆਰੀ ਦੀ ਗੱਲ ਕੀਤੀ ਆ, ਹੁਣ ਬੱਸਾਂ ਰੁਕਣਗੀਆਂ, ਅੱਜ ਵੀ ਰੁਕਣਗੀਆਂ ਤੇ ਕੱਲ ਨੂੰ ਵੀ ਰੁਕਣਗੀਆਂ, ਲੱਗਦਾ ਵੀ ਲੋਕਾਂ ਨਾਲ ਵੀ ਬਹੁਤ ਜਿਹੜੀ ਇਹ ਵੱਜੀ ਖੱਜ ਖੜ ਰਹੀ ਹੋਊਗੀ ਤੇ ਪ੍ਰਾਈਵੇਟ ਆਪਰੇਟਰਾਂ ਨੂੰ ਕਾਫੀ ਫਾਇਦਾ ਹੋਵੇਗਾ? ਬਿਲਕੁਲ ਜੀ, ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਜਿਹੜੀਆਂ ਸਰਕਾਰਾਂ ਇਹ ਪ੍ਰਾਈਵੇਟਾਂ ਦੇ ਨਾਲ ਮਿਲੀਆਂ ਹੋਈਆਂ ਨੇ ਵੀ ਜਾਣ ਬੁੱਝ ਕੇ ਜਿਹੜੀਆਂ ਸਾਡੀਆਂ ਹੜਤਾਲਾਂ ਕਰਾਉਂਦੀਆਂ ਨੇ, ਜੇਕਰ ਸਰਕਾਰੀ ਬੱਸਾਂ ਦੀ ਹੜਤਾਲ ਹੁੰਦੀ ਹੈ ਤਾਂ ਬੈਨੀਫਿਟ ਪ੍ਰਾਈਵੇਟ ਨੂੰ ਜਾਂਦਾ ਹੈ, ਫਿਰ ਉਹ ਆਪਦੀ ਮਰਜ਼ੀ ਦੇ ਨਾਲ ਸਵਾਰੀ ਚਲਾਉਂਦੇ ਆ ਔਰ ਆਮ ਜਨਤਾ ਤੋਂ ਅਸੀਂ ਇਸ ਚੀਜ਼ ਦੀ ਮਾਫੀ ਵੀ ਮੰਗਦੇ ਹਾਂ ਵੀ
ਅਸੀਂ ਪੰਜਾਬ ਦੀ ਰਹਿਣ ਵਾਲੇ ਵਸਨੀਕ ਹਾਂ ਔਰ ਸਾਡੇ ਹੀ ਭੈਣ ਭਾਈ ਇਹਨਾਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਔਰ ਜੇਕਰ ਆਪਾਂ ਗੱਲ ਕਰੀਏ ਨੁਕਸਾਨ ਦੀ ਤਾਂ ਉਹਦਾ ਜ਼ਿੰਮੇਵਾਰ ਮੈਨੇਜਮੈਂਟ ਹੈ ਸਰਕਾਰ ਆ ਲੋਕਾਂ ਦੀ ਜੇ ਖੱਜਲ ਖਵਾਰੀ ਦੀ ਗੱਲ ਕਰੀਏ ਉਹਦੀ ਵੀ ਸਰਕਾਰ 'ਤੇ ਮੈਨੇਜਮੈਂਟ ਹੈ ਕਿਉਂਕਿ ਕੋਈ ਵੀ ਮੁਲਾਜ਼ਮ ਨਹੀਂ ਚਾਹੁੰਦਾ ਵੀ ਅਸੀਂ ਆਪਦਾ ਰੁਜ਼ਗਾਰ ਬੰਦ ਕਰਕੇ ਇੱਦਾਂ ਦੇ ਪ੍ਰੋਟੈਸਟ ਕਰੀਏ ਆਪਦੀਆਂ ਨੌਕਰੀਆਂ ਖਤਰੇ ਦੇ ਵਿੱਚ ਪਾ ਕੇ ਇੱਦਾਂ ਦੇ ਪ੍ਰੋਟੈਸਟ ਕਰੀਏ। ਮੈਨੂੰ ਤਾਂ ਸਰਕਾਰ ਨੂੰ ਬੜੇ ਜ਼ੋਰ ਸ਼ੋਰ ਨਾਲ ਜਿਹੜੇ ਖਾਸ ਕਰ ਮੁਲਾਜ਼ਮਾਂ ਨੇ ਉਹਨਾਂ ਨੂੰ ਜਿਤਾਇਆ ਸੀ ਅਤੇ 92 ਸੀਟਾਂ ਦਿੱਤੀਆਂ ਸੀ, ਲੱਗਦਾ ਵੀ ਫਿਰ ਜਿਹੜਾ ਫਿਰ ਧਰਨੇ ਪ੍ਰਦਰਸ਼ਨ ਕਰਕੇ ਫਿਰ ਉਸੇ ਜਗ੍ਹਾ 'ਤੇ ਹੀ ਆ ਗਏ ਨੇ? ਬਿਲਕੁਲ ਜੀ, ਅਸੀਂ ਇਸ ਗੱਲ ਤੋਂ ਖੁਦ ਬੜੇ ਨਿਰਾਸ਼ ਹਾਂ ਕਿਉਂਕਿ ਜਦੋਂ ਸਰਕਾਰ ਸਤਾ ਦੇ ਵਿੱਚ ਆਈ ਸੀ ਤਾਂ ਉਹਦੇ ਆਉਣ ਤੋਂ ਪਹਿਲਾਂ ਅਸੀਂ ਆਪਣੀਆਂ ਬੱਸਾਂ ਦੇ ਵਿੱਚ ਇਹ ਚੀਜ਼ ਦਾ ਪ੍ਰਚਾਰ ਕੀਤਾ ਸੀ ਵੀ ਸਰਕਾਰ ਨੂੰ ਬਦਲਿਆ ਜਾਵੇ। ਪਹਿਲਾਂ ਦੋ ਸਰਕਾਰਾਂ ਹੀ ਰਾਜ ਕਰਕੇ ਗਈਆਂ ਨੇ, ਅਕਾਲੀ ਔਰ ਕਾਂਗਰਸ, ਵੀ ਇਹਨਾਂ ਨੂੰ ਬਦਲਿਆ ਜਾਵੇ ਔਰ ਨਵੀਂ ਸਰਕਾਰ ਲੈ ਕੇ ਆਉਂਦੀ ਜਾਵੇ। ਤਾਂ ਸਰਕਾਰ ਉਹਨਾਂ ਸਰਕਾਰਾਂ ਦੀ ਤਰ੍ਹਾਂ ਆਪਦੇ ਵਾਅਦਿਆਂ ਤੋਂ ਭੱਜ ਰਹੀ ਹੈ, ਕੋਈ ਵੀ ਵਾਅਦਾ ਪੂਰਾ ਨਹੀਂ ਕਰ ਰਹੀ, ਜਿਹਦੇ ਕਾਰਨ ਸਾਨੂੰ ਬੜੀ ਨਿਰਾਸ਼ਾ ਹੈਗੀ। ਔਰ ਸਰਕਾਰ ਤੋਂ ਪੰਜਾਬ ਦੀ ਜਨਤਾ ਨੂੰ ਬੜੀਆਂ ਆਸਾਂ ਸੀ ਵੀ ਅਸੀਂ ਸਰਕਾਰ ਬਦਲਾਂਗੇ, ਪਰ ਇਹ ਸਰਕਾਰ ਉਹਨਾਂ ਸਰਕਾਰਾਂ ਤੋਂ ਵੀ ਮਾੜੀ ਨਜ਼ਰ ਆਉਂਦੀ ਸਾਬਤ ਹੋ ਰਹੀ। 2024 ਦੇ ਇਲੈਕਸ਼ਨ ਵੀ ਆ ਰਹੇ ਆ, ਕੋਈ ਜਥੇਬੰਦੀ ਨੇ ਰਣਨੀਤੀ ਤਿਆਰ ਕੀਤੀ ਹੈ? ਬਿਲਕੁਲ ਜੀ, ਜੇਕਰ ਸਰਕਾਰ ਸਾਡੀ ਕੋਈ ਮੰਗ ਨਹੀਂ ਮੰਨਦੀ ਤਾਂ ਇਸੇ ਤਰ੍ਹਾਂ ਜਿਵੇਂ ਪਹਿਲਾਂ ਅਸੀਂ ਸਰਕਾਰ ਨੂੰ ਸੱਤਾ ਦੇ ਵਿੱਚ ਲੈ ਕੇ ਆਏ ਹਾਂ ਤਾਂ ਇਹ ਸਰਕਾਰ ਨੂੰ ਸੱਤਾ ਦੇ ਵਿੱਚ ਡਿੱਗਣ ਦੇ ਵਾਸਤੇ ਅਸੀਂ ਪੂਰਾ ਆਪਦਾ ਜ਼ੋਰ ਲਾਵਾਂਗੇ। ਜੇਕਰ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਤਾਂ ਅਸੀਂ ਬੱਸਾਂ ਦੇ ਵਿੱਚ ਪ੍ਰਚਾਰ ਵੀ ਕਰਾਂਗੇ, ਪਿੰਡਾਂ ਦੇ ਵਿੱਚ ਵੀ ਪ੍ਰਚਾਰ ਕਰਾਂਗੇ ਔਰ ਸੜਕਾਂ ਦੇ ਉੱਪਰ ਵੀ ਪ੍ਰਚਾਰ ਕਰਾਂਗੇ। ਅੱਜ ਦਾ ਜਿਹੜਾ ਫੈਸਲਾ ਲਿਆ ਗਿਆ ਉਹ ਕੀ ਫੈਸਲੇ ਨੇ ਦੁਬਾਰਾ ਇੱਕ ਵਾਰੀ? ਅੱਜ ਅਸੀਂ 12 ਵਜੇ ਤੋਂ ਸਾਡੀਆਂ ਜਿਹੜੀਆਂ ਬੱਸਾਂ ਬੰਦ ਨੇ, ਕੱਲ੍ਹ ਨੂੰ ਪ੍ਰੋਪਰ ਬੱਸਾਂ ਦਾ ਚੱਕਾ ਜਾਮ ਹੈ ਔਰ ਕੱਲ੍ਹ ਨੂੰ ਅਸੀਂ ਵਿਧਾਨ ਸਭਾ ਵੱਲ ਕੂਚ ਕਰਨ ਜਾ ਰਹੇ ਹਾਂ। ਜਿਹੜੀਆਂ ਰਸਤੇ 'ਚ ਹੋਰ ਵਾਪਸ ਮੁੜ ਜਾਣਗੀਆਂ, ਜਿਵੇਂ ਮੰਨ ਲਓ ਕਿਤੇ ਜਾ ਰਹੀ ਆ ਬੱਸ ਜਦੋਂ ਟਾਈਮ, ਜਿਹੜੀਆਂ ਗੱਡੀਆਂ ਅਦਰ ਸਟੇਟ ਗਈਆਂ ਨੇ ਜਿਵੇਂ ਸਾਡੀਆਂ ਗੱਡੀਆਂ ਕੋਈ ਰਿਸ਼ੀਕੇਸ਼, ਦੇਹਰਾਦੂਨ, ਜਵਾਲਾ ਜੀ, ਧਰਮਸ਼ਾਲਾ, ਇੱਦਾਂ ਦੀਆਂ ਬੱਸਾਂ ਜਿਹੜੀਆਂ ਅਦਰ ਸਟੇਟ ਗਈਆਂ ਨੇ ਉਹ ਅਸੀਂ 12 ਵਜੇ ਤੋਂ ਉਹਨਾਂ ਨੂੰ ਕਾਲ ਦਿੱਤੀ ਹੋਈ ਹੈ, ਉਹ ਵਾਪਸ ਮੁੜਨੀਆਂ ਸ਼ੁਰੂ ਹੋ ਚੁੱਕੀਆਂ ਨੇ, ਡਿਪੂ ਦੇ ਵਿੱਚ ਆ ਕੇ ਜਮ੍ਹਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਔਰ ਜਿਹੜੀਆਂ ਦੂਰ ਦੁਰਾਡੇ ਵਾਲੀਆਂ ਬੱਸਾਂ ਇਸੇ ਤਰ੍ਹਾਂ ਸਾਰੀਆਂ ਮੁੜ ਆਉਣਗੀਆਂ, ਉਹ ਲੋਕਲ ਬੱਸਾਂ ਇੱਥੇ ਇੱਕ ਦੋ ਗੇੜੇ ਲਾ ਕੇ ਸ਼ਾਮ ਤੱਕ ਡਿਪੂ ਦੇ ਵਿੱਚ ਸਾਰੀਆਂ ਜਮ੍ਹਾਂ ਹੋ ਜਾਣਗੀਆਂ। ਬਠਿੰਡੇ ਡਿਪੂ 'ਚ ਕਿੰਨੀਆਂ ਬੱਸਾਂ ਨੇ ਅਤੇ ਪੰਜਾਬ 'ਚ ਕਿੰਨੀਆਂ? ਬਠਿੰਡੇ ਡਿਪੂ ਦੇ ਵਿੱਚ 195 ਬੱਸਾਂ ਨੇ ਔਰ ਪੂਰੇ ਪੰਜਾਬ ਦੇ ਵਿੱਚ 1300 ਬੱਸਾਂ। ਸੋ ਇਹ ਸਨ ਜਿਹੜੇ ਯੂਨੀਅਨ ਦੇ ਆਗੂ, ਉਹਨਾਂ ਨੇ ਦੱਸਿਆ ਕਿ ਅੱਜ 12 ਵਜੇ ਤੋਂ ਬਾਅਦ ਜਿਹੜੀਆਂ ਬੱਸਾਂ ਵਾ ਵੱਖ ਵੱਖ ਜ਼ਿਲ੍ਹਿਆਂ 'ਚੋਂ ਜਾਂ ਜਿਹੜੀ ਅਦਰ ਸਟੇਟ ਵੀ ਗਈਆਂ ਉਹ ਵਾਪਸ ਆਉਣੀਆਂ ਅਤੇ ਇਹਦੇ ਨਾਲ ਜਿਹੜਾ ਨੁਕਸਾਨ ਹੋਵੇਗਾ ਉਹਦੀ ਪੰਜਾਬ ਸਰਕਾਰ ਜ਼ਿੰਮੇਵਾਰ ਆ। ਤੋ ਇਹ ਬੜਾ ਵੱਡਾ ਫੈਸਲਾ ਲਿਆ ਗਿਆ ਯੂਨੀਅਨ ਵੱਲੋਂ, ਕਿਉਂਕਿ ਕੱਲ੍ਹ ਦੀ ਸਟ੍ਰਾਈਕ ਆ ਅਤੇ ਅੱਜ 12 ਵਜੇ ਤੋਂ ਬਾਅਦ ਜਿਹੜੀਆਂ ਵੀ ਬੱਸਾਂ ਚੱਲਦੀਆਂ ਨੇ ਉਹ ਵਾਪਸ ਬੁਲਾ ਲਈਆਂ ਜਾਣਗੀਆਂ। ਕੱਲ੍ਹ ਦੀ ਗੱਲ ਕਰ ਲਈਏ ਤਾਂ ਬੜੀ ਵੱਡੀ ਸਵਾਰੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ, ਅਤੇ ਦੂਸਰੇ ਪਾਸੇ ਪ੍ਰਾਈਵੇਟ ਆਪਰੇਟਰਾਂ ਨੂੰ ਖੁਸ਼ੀ ਦੀ ਲਹਿਰ ਆ ਇੱਕ ਤਰ੍ਹਾਂ ਦੀ ਕਹਿ ਦਈਏ, ਕਿਉਂਕਿ ਉਹ ਜਿਹੜੀ ਉਹਨਾਂ ਦੀਆਂ ਸਵਾਰੀਆਂ ਉਹ ਢੋਣਗੇ ਅਤੇ ਉਸ ਨਾਲ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਵੀ ਹੋਵੇਗਾ। ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਅਤੇ ਮੈਂ ਹਰਸ਼ਪਾਲ।